ਮੈਂ ਤਾਂ ਸਿੱਖਾਂ ਦੇ ਨਿਆਣੇ ਨੂੰ ਦੇਖਦਾ, ਚਾਰ ਨੌਕਰੀਆਂ ਪੰਜਾਬ 'ਚ ਰਹਿ ਗਈਆਂ, ਜਾਂ ਤਾਂ ਡਰਾਈਵਰ, ਸੁਣ ਲੈਣਾ ਜ਼ਰਾ, ਡਰਾਈਵਰ ਦੀ ਨੌਕਰੀ ਰਹਿ ਗਈ, ਜਾਂ ਟੀ ਬੋਆਏ ਦੀ ਰਹਿ ਗਈ, ਜਾਂ ਆਫਿਸ ਬੋਆਏ ਦੀ ਰਹਿ ਗਈ, ਜੇ ਇਹਨਾਂ ਤਿੰਨਾਂ 'ਚ ਨੇ ਇੱਕ ਚੌਥੀ ਆ, ਡੰਡਾ ਲੈ ਕੇ ਖੜ੍ਹੇ ਹੋ ਜਾ ਚੌਕੀਦਾਰੀ ਦਾ। ਕਦੇ ਸਿੱਖਾਂ ਦੀ ਅਫਸਰ ਸ਼ਾਹੀ ਕੰਮ ਕਰਦੀ ਸੀ, ਸੰਨ 58 ਤੋਂ ਪਹਿਲਾਂ ਬੜਾ ਜਲਵਾ ਸੀ ਸਿੱਖਾਂ ਦਾ। ਹੁਣ ਤਾਂ ਤੁਸੀਂ ਰਜਿਸਟਰਡ ਡਰਾਈਵਰ ਬਣਾ ਦਿੱਤੇ ਬਾਕ ਲੋਕ, ਕਾਕੇ ਨੂੰ ਟਰਾਲਾ ਲੈ ਦਿੱਤਾ, ਕਾਕੇ ਨੂੰ ਟੈਕਸੀ ਲੈ ਦਿੱਤੀ ਆ। ਚੇਤਾ ਹੀ ਸਿੱਖਾਂ ਨੂੰ ਭੁੱਲ ਗਿਆ ਕਿ ਅਫਸਰੀ ਇੱਕ ਰਾਜ ਉਸ ਤਰ੍ਹਾਂ ਵੀ ਹੁੰਦਾ, ਜਿਨ੍ਹਾਂ ਦੀ ਕਰੀਮ ਹੋਵੇ ਅਫਸਰਾਂ ਦੀ, ਉਹਨਾਂ ਦਾ ਵੀ ਰਾਜ ਹੁੰਦਾ। ਫਿਰ ਸੁਣਨਾ ਗਾ, ਉਹ ਵੀ ਲੋਕ ਰਾਜ ਕਰਦੇ ਨੇ ਜਿਨ੍ਹਾਂ ਦੇ ਅਫਸਰਾਂ ਦੀ ਕਰੀਮ ਹੈ। ਤੁਹਾਡੇ ਅਫਸਰ ਨੇ, ਡੀ ਸੀ ਨੇ, ਕਮਿਸ਼ਨਰ ਨੇ, ਰਾਜ ਤੇ ਉਹਨਾਂ ਦਾ, ਤੁਹਾਡੇ ਤੋਂ ਪਹਿਲੇ ਹੀ ਕੱਖ ਨਹੀਂ। ਮੈਂ ਤਾਂ ਦੇਖਦਾ ਰੋਜ਼ 500 ਨਗਰ ਕੀਰਤਨ ਕੱਢੇ ਹੁੰਦੇ ਨੇ, ਦਾਲਾ ਜੀ, ਫੁਲਕਾ ਜੀ, ਫੁਲਕਾ ਜੀ। ਤੀਜਾ ਕੋਈ ਕੰਮ ਹੀ ਨਹੀਂ ਆਉਂਦਾ ਸਿੱਖਾਂ ਨੂੰ, ਸੁਣਨ ਨੂੰ ਤਿਆਰ ਹੀ ਨਹੀਂ, ਕੋਈ ਅੱਗੇ ਸੋਚਣ ਨੂੰ ਤਿਆਰ ਹੀ ਨਹੀਂ ਵੀ ਕੌਮ ਨੂੰ ਲਿਜਾਣਾ ਕਿੱਥੇ ਆ। ਐਡੇ ਖੁਦਗਰਜ਼ ਲੋਕ, ਹੋ ਸਕਦਾ ਮੈਂ ਵੀ ਉਹਨਾਂ 'ਚ ਹੋਵਾਂ, ਮੈਂ ਨਹੀਂ ਕਹਿੰਦਾ, ਸਿਰਫ ਇੱਕੋ ਹੀ ਗੱਲ ਸੋਚੀ ਜਾਂਦੇ, ਮੇਰਾ ਹੋਣਾ ਚਾਹੀਦਾ, ਬਾਕੀ ਖੂਹ 'ਚ ਜਾਣ। ਦੱਸੋ ਤੁਸੀਂ ਮੱਥਾ ਟੇਕਣ ਲਈ ਗੁਰੂ ਗ੍ਰੰਥ ਸਾਹਿਬ ਰੱਖੇ ਨੇ, ਜਿਸ ਗਲਗਤਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਗੰਗਾ ਜਮਨਾ ਤੱਕ, ਸਿੱਖਾਂ ਦਾ ਰਾਜ ਸੀ ਅਫਗਾਨਿਸਤਾਨ ਤੱਕ, 2.5 ਘੰਟੇ ਦਾ ਸਾਰਾ ਹੀ ਸਫ਼ਰ ਆ, ਜੇ ਪਠਾਨਕੋਟ ਤੋਂ ਅੰਬਾਲੇ ਤੱਕ ਲਾ ਲਈਏ 3 ਘੰਟੇ ਲੱਗਦੇ ਨੇ, ਇੰਨੇ ਕੁ ਤੁਸੀਂ ਰਹਿ ਗਏ। ਆਖੋ ਸਤਨਾਮ ਵਾਹਿਗੁਰੂ। ਤੁਸੀਂ ਗੱਪਾਂ ਮਾਰਦੇ ਦੇਖੋ, ਜਿਹੜਾ ਜਿਹਨੂੰ ਕੱਖ ਨਹੀਂ ਆਉਂਦਾ ਉਹ ਵੀ ਸਿਆਸਤਦਾਨ ਬਣਿਆ ਫਿਰਦਾ। ਆਖੋ ਸਤਨਾਮ ਵਾਹਿਗੁਰੂ। ਜਿਹਦੇ ਪੱਲੇ ਕੱਖ ਨੇ, ਜਿਹਨੂੰ ਇਹ ਵੀ ਨਹੀਂ ਪਤਾ ਵੀ ਰਾਜਨੀਤੀ ਕੀ ਆ, ਸਾਰਾ ਦਿਨ ਇਹੀ ਲੂਣ ਘੋਟਦੇ ਰਹਿੰਦੇ ਬੈਠ ਕੇ ਵਿਹਲੇ। ਆਖੋ ਸਤਨਾਮ ਵਾਹਿਗੁਰੂ। ਉਹ ਰੱਬ ਦਾ ਵਾਸਤਾ ਹੋਏ, ਮੇਰੇ ਭਰਾਵੋ, ਮੇਰੇ ਵੀਰੋ, ਮੇਰੇ ਬਜ਼ੁਰਗੋ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲ ਦਿਓ, ਇਹਨਾਂ ਨੂੰ ਹਾਇਰ ਐਜੂਕੇਸ਼ਨ ਦਿਓ, ਇਹਨਾਂ ਨੂੰ ਟੌਪ ਦੇ ਐਜੂਕੇਸ਼ਨਿਸਟ ਬਣਾਓ, ਇੰਜੀਨੀਅਰ ਬਣਾਓ। ਤੁਹਾਡੇ ਕੋਲ ਸਭ ਕੁਝ ਹੈਗਾ, ਤੁਸੀਂ ਕਰ ਸਕਦੇ ਹੋ। ਆਜ਼ਾਦ ਭਾਰਤ ਦੇ ਤੁਸੀਂ ਵਾਸੀ ਹੋ, ਦੱਸੋਗੇ ਕਿੰਨੇ ਤੁਹਾਡੇ ਕੋਲ ਮੈਡੀਕਲ ਕਾਲਜ ਨੇ, ਕਿੰਨੇ ਇੰਜੀਨੀਅਰਿੰਗ ਕਾਲਜ ਨੇ, ਦੱਸੋਗੇ ਕਿੱਥੇ ਨੂੰ ਤੁਰ ਪਏ ਤੁਸੀਂ। ਕਲਗੀਆਂ ਵਾਲਾ ਤੇ ਦੇਖਦਾ, ਜਿਸ ਖਾਲਸੇ ਨੂੰ ਮੈਂ ਛੱਡ ਕੇ ਆਇਆ ਸੀ ਉਹ ਤਾਂ ਨਜ਼ਰ ਹੀ ਨਹੀਂ ਆਉਂਦਾ। ਆਖੋ ਸਤਨਾਮ ਵਾਹਿਗੁਰੂ। ਉਹ ਤਾਂ ਦਿਸਦਾ ਹੀ ਨਹੀਂ ਕਿਤੇ, ਉਹਦੇ ਤਾਂ ਦਰਸ਼ਨ ਹੀ ਹੋਣੋਂ ਹਟ ਗਏ। ਠੀਕ ਹੈ, ਪਹਿਰਾਵਾ ਪਾਇਆ, ਮੈਂ ਵੀ ਪਾਇਆ, ਤੁਸੀਂ ਵੀ ਪਾਇਆ, ਇੱਕ ਵੀ ਗੁਣ ਕਿਤੇ ਹੋਵੇ ਬੰਦੇ ਦੇ ਅੰਦਰ,